ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ ਟੀਵੀ ਵਿੱਚ ਤੇ ਲੈ ਕੇ ਹਾਜ਼ਰ ਹੋਏ ਜੀ ਇਸ ਵੇਲੇ ਦੀ ਵੱਡੀ ਖਬਰ ਕੱਲ ਦੇ ਭਾਰਤ ਬੰਦ ਦਾ ਹੁਣ ਬਦਲਿਆ ਸਮਾਂ ਹੁਣ ਇੰਨੇ ਤੋਂ ਇੰਨੇ ਤੱਕ ਹੀ ਰਹੇਗਾ ਬੰਦ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦੀ ਜਾਣਕਾਰੀ ਪ੍ਰਾਪਤ ਹੋ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜਿਆਦਾ ਲੰਬਾ ਸਮਾਂ ਨਾ ਲੈਂਦੇ ਸ਼ੁਰੂਆਤ ਕਰਦੇ ਹਾਂ ਖਬਰ ਦੀ ਖੇਤੀ ਕੂਨਵਾ ਨੂੰ ਰਾਦ ਕਰਵਾਉਣ ਲਈ ਦੇਸ਼ ਪੱਧਰ ਤੇ ਕਿਸਾਨਾਂ ਵੱਲੋਂ ਸੰਗਾਰਥ ਕੀਤਾ ਜਾ ਰਿਹਾ ਤੇ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਮੁਹਿੰਮ ਦੇ ਤਹਿਤ ਹੁਣ ਲਗਾਤਾਰ ਦਿੱਲੀ ਦੇ ਸਾਰੇ ਬਾੜਾਂ ਨੂੰ ਘੇਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਿਸ ਵਿੱਚ ਪੰਜਾਬੀ ਗਾਇਕ ਕਲਾਕਾਰ ਹੋਰ ਵੀ ਕਈ ਵੱਡੀਆਂ ਹਸਤੀਆਂ ਸ਼ਾਮਲ ਹੋ ਕੇ ਕਿਸਾਨਾਂ ਦਾ ਸਮਰਥਨ ਕਰੀਆਂ ਹਾਂ ਤੇ ਉੱਥੇ ਹੀ ਉਹਨਾਂ ਦੀਆਂ ਸੂਲਤਾਂ ਨੂੰ ਦੇਖਦੇ ਹੋਏ ਖਾਣ ਪੀਣ ਦੀਆਂ ਚੀਜ਼ਾਂ ਗੈਸ ਸਿਲੰਡਰ ਗਰਮ ਕੱਪੜੇ ਕੰਬਾਲਾ ਔੜੇਨੀ ਖਰਾਕ ਆਦ ਮਹੱਈਆ ਕਰਵਾਈ ਜਾ ਰਹੀ ਹੈ ਤੇ ਕਿ ਨਾ ਸਰਕਾਰ ਤੇ ਕਿਸਾਨ ਜਥੇਬੰਦਾਂ ਦੇ ਨੁਮਾਇੰਦਿਆਂ ਵਿਚਾਰ ਹੋਈਆਂ ਪਹਿਲੀਆਂ ਮੀਟਿੰਗਾਂ ਵੀ ਸਟਾਰੀਆਂ ਹਨ ਤੇ ਇਹਦੇ ਲਈ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਤੇ ਹੁਣ 8 ਦਸੰਬਰ ਦੇ ਭਾਰਤ ਬੰਦ ਦਾ ਸਮਾਂ ਬਦਲ ਦਿੱਤਾ ਗਿਆ ਤੇ ਕਿਸਾਨ ਜਥੇਬੰਦਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਤੇ ਉਸ ਵਿੱਚ ਸਮੇਂ ਵਿੱਚ ਜਿਹੜੀ ਤਬਦੀਲੀ ਕੀਤੀ ਗਈ ਹੈ ਜੂਨੀਅਨਾਂ ਵੱਲੋਂ ਸਮਾਂ ਬੰਦ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ ਤਾਂ ਜੋ ਦਫ਼ਤਰ ਵਿੱਚ ਆਉਣ ਜਾਣ ਵਾਲੇ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਭਾਰਤਿਕ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਕਿਹਾ ਹੈ ਕਿ ਧਾਰਨਾ ਜਿਹੜਾ ਕਿ ਸਾਡਾ ਰਹੇਗਾ ਸ਼ਾਂਤਮਈ ਪ੍ਰਦਰਸ਼ਨ ਪੂਰੀ ਤਰ੍ਹਾਂ ਨਾਲ ਹੋ ਜਾਵੇਗਾ ਤੇ 11 ਤੋਂ ਲੈ ਕੇ 3 ਵਜੇ ਤੱਕ ਇਹ ਜਿਹੜਾ ਬੰਦ ਪੂਰੇ ਭਾਰਤ ਵਿੱਚ ਚੱਲੇਗਾ